हेलो 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 जी, आज दे मुकद्दस दिन ते तुहानू सारे नू लख लख ने करोड़ करोड़ बधाई है जी। हेलो हेलो, आज कले भारत हेलो हेलो अज कल भारत विच नहीं पूरे दुनिया के जिहड़े जागदे लोग ने, जिहड़े इंसाफ पसंद लोग ने, जिहड़े बराबरी पिछे लड़दे लोग ने, आ तुसीं सारे बैठे हो, सारे बधाई दे पात्र हो। तुहानू सारयां नू करोड़ करोड़ अरब अरब खरब खरब मेरे मैनूं लगदा है बिल्कुल लगदा है। साडे डुमेली साहब बैठे ने, साडे पातिया साहब बैठे ने, उहनां दे नाल ही साडे ਕਿਹਦਾ ਕਿਹਦਾ ਨਾਮ ਲਵਾਂ, ਸਾਰੇ ਸਨਮਾਨ ਯੋਗ ਨੇ, ਕਿਉਂਕਿ ਜੇ ਮੈਂ ਨਾਮ ਲੈਣ ਲੱਗਿਆ ਪਹਿਲੀ ਮੈਨੂੰ ਸੰਗੀਲਾ ਸਾਹਿਬ ਕਹਿੰਦੇ ਵੀ ਤੁਹਾਨੂੰ ਪਤਾ ਹੀ ਹੈ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ, ਸੋ ਗਾਣੇ ਵੱਧ ਸੁਣਾ ਦਿਓ, ਗੱਲਬਾਤ ਵੱਧ ਸੁਣਾ ਦਿਓ। ਸਾਰੇ ਸਨਮਾਨ ਯੋਗ ਨੇ ਜੀ, ਇੱਕ ਗੱਲ ਮੈਂ ਜ਼ਰੂਰ ਇੱਕ ਤਾੜੀ ਚਾਹੂੰਗਾ। ਮੈਂ ਆਉਣ ਵੇਲੇ ਸੋਚ ਰਿਹਾ ਸੀ ਵੀ ਐਡਾ ਤਰਦਤ, ਮੈਂ ਵੀ ਪਿਛਲੇ 5-7 ਸਾਲਾਂ ਤੋਂ ਜੁੜਿਆ ਹੋਇਆ ਇਸ ਮੇਲੇ ਨਾਲ। ਸਾਡੇ ਅੰਕਲ ਸ਼੍ਰੀ ਕ੍ਰਿਸ਼ਨ ਸਾਵੰਤ ਜੀ, ਉਹਨਾਂ ਵਾਸਤੇ ਤਾੜੀ ਹੋਣੀ ਚਾਹੀਦੀ ਹੈ ਜੀ। ਐਡਾ ਵੱਡਾ ਉਪਰਾਲਾ ਜਿਹੜਾ ਪਿਛਲੇ 39 ਸਾਲਾਂ ਤੋਂ ਕਰ ਰਹੇ ਨੇ। ਦੇਖੋ, ਸਮਾਜ ਨੂੰ ਤੋੜਨ ਦਾ ਕੰਮ ਤਾਂ ਸਾਨੂੰ ਪਤਾ ਹੀ ਹੈ। ਮੈਂ ਉਹ ਬੁਲਾਰੇ ਬੜੇ ਬੋਲ ਕੇ ਗਏ ਨੇ, ਉਹ ਨਹੀਂ ਕਹੂੰਗਾ, ਸਾਰੀ ਸੋਝਵਾਨ ਨੂੰ ਸੋਝਵਾਨ ਬੈਠੇ ਆ। ਮੈਨੂੰ ਲੱਗਦਾ ਹੈ ਜੇ ਬੋਲਣ ਲਾ ਦਈਏ ਤਾਂ ਸਾਰਿਆਂ ਕੋਲ ਇੰਨਾ ਇੰਨਾ ਮਸਾਲਾ 3-3, 4-4 ਘੰਟੇ ਨਹੀਂ ਹੱਟਣੇ। ਸੋ ਮੈਂ ਬਹੁਤਾ ਸਿਆਣਾ ਨਹੀਂ ਤੇ, ਪਰ ਮੈਂ ਉਸੇ ਗੱਲ 'ਤੇ ਆਉਣਾ ਵੀ ਜਿਹੜਾ ਸਮਾਜ ਨੂੰ ਜੋੜਨ ਦਾ ਆਪਣਾ ਆਪਣਾ ਜ਼ਰੀਆ ਹੁੰਦਾ, ਉਸਦੇ ਲਈ ਮਤਲਬ ਕਿ ਮੇਰੇ ਮਨ ਦੇ ਵਿੱਚ ਅਜੇ ਆ ਰਿਹਾ ਸੀ ਜਿੱਥੇ ਇਹਨਾਂ ਵਾਸਤੇ ਤਾੜੀ, ਇਹਨਾਂ ਦੇ ਪੂਰੇ ਪਰਿਵਾਰ ਵਾਸਤੇ ਤਾੜੀ ਤੁਹਾਡੇ ਕੋਲੋਂ ਚਾਹੁੰਦਾ ਜੀ। ਉਹਦੇ ਨਾਲ ਹੀ ਸਾਡੇ ਮਾਨਸਾ ਦੀ ਸ਼ਾਨ ਨੇ ਬਲਜਿੰਦਰ ਸੰਗੀਲਾ ਜੀ, ਇਹਨਾਂ ਵਾਸਤੇ ਵੀ ਤਾੜੀ ਹੋ ਜਾਏ ਜੀ। ਐਡੇ ਵੱਡੇ ਪ੍ਰਬੰਧ ਕਰਨੇ, ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ। ਹੋਰ ਸਾਰਿਆਂ ਵਾਸਤੇ ਬਹੁਤ ਬਹੁਤ ਮੁਬਾਰਕਾਂ, ਤੁਹਾਡੇ ਵਾਸਤੇ ਮੁਬਾਰਕ ਦਿੰਦਾ। ਅੱਜ ਜੇ ਅਸੀਂ ਗੱਲਾਂ ਕਰ ਰਹੇ ਹਾਂ ਜਾਂ ਅੱਜ ਇੱਥੇ ਖੜ੍ਹੇ ਹਾਂ ਜਾਂ ਅੱਜ ਪੂਰੇ ਸਾਨੂੰ ਸਨਮਾਨ ਦਿੱਤਾ, ਸਮਾਜ ਦੇ ਵਿੱਚ ਸਨਮਾਨ ਮਿਲ ਰਿਹਾ, ਤਾਂ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ। ਬਾਬਾ ਸਾਹਿਬ ਤੇਰੀ ਸੋਚ ਤੇ, ਬਾਬਾ ਸਾਹਿਬ ਤੇਰੀ ਸੋਚ ਤੇ। ਮੈਂ ਸੋਚੀ ਜਾਂਦਾ ਸੀ, ਮੈਂ ਕਿਹਾ, ਮੈਂ ਸੋਚਿਆ ਮੈਂ ਦੁਨੀਆਂ ਦੇ ਸਾਰੇ ਦੇਵੀ ਦੇਵਤੇ ਤੁਹਾਡਾ ਕੁਝ ਨਹੀਂ ਸਵਾਰ ਸਕਦੇ, ਸਾਡਾ ਇੱਕੋ ਇੱਕ ਦੇਵਤਾ ਹੈ। ਜੇ ਉਹ ਦੇਵਤੇ ਦੀ ਬਣਾਈ ਹੋਈ ਬਣਾਇਆ ਹੋਇਆ ਸੰਵਿਧਾਨ ਆ ਨਾ, ਜੇ ਉਹਦੇ ਵਿੱਚ ਕੋਈ ਹੇਰ ਫੇਰ ਹੋ ਗਈ ਨਾ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਚਾਹੇ ਕਿਸੇ ਮਰਜ਼ੀ ਅੱਗੇ ਮੱਥੇ ਰਗੜੀ ਜਾਇਓ, ਚਾਹੇ ਲੇਲੜੀਆਂ ਕੱਢੀ ਜਾਇਓ, ਕਿਸੇ ਨੇ ਨਹੀਂ ਪੁੱਛਣਾ। ਇਹ ਗੱਲ ਸਹੀ ਆ। ਆਹ ਗੱਲਾਂ ਤਾਂ ਹਰ ਇੱਕ ਕੋਲ ਬੜੀਆਂ ਨੇ, ਜੋ ਵੀ ਅੱਜ ਹਾਂ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਦੇਣ ਹੈ, ਇਹਨਾਂ ਦੇ ਅਧਿਕਾਰਾਂ ਦੀ ਦੇਣ ਹੈ। ਸਾਡੇ ਵਿੱਚ ਬੜੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਨੇ, ਸਾਰਿਆਂ ਨੂੰ ਸੰਤਾ ਕਰਦਾ ਹੈ, ਸਾਰੇ ਮੇਰੇ ਵੀਰ, ਸਾਡੇ ਜਾਕਰ ਹੁਸੈਨ ਸ਼ਮੀ ਜੀ, ਸਾਡੇ ਉਸਤਾਦ ਲੋਕ, ਸੰਗੀਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ, ਮਾਨਸਾ ਦੇ ਵਿੱਚ ਉਹ ਵੀ ਸਾਡੇ ਦਰਮਿਆਨ ਨੇ, ਇਹਨਾਂ ਵਾਸਤੇ ਸਾਰੇ ਮਜੀਸ਼ੀਅਨਾਂ ਵਾਸਤੇ ਤਾੜੀ ਮਾਰ ਦਿਓ ਪਲੀਜ਼, ਇੱਕ ਸਾਉਣ ਵਾਲੇ ਵੀਰ ਵਾਸਤੇ ਵੀ ਤਾੜੀ ਮਾਰ ਦਿਓ। ਹਾਂਜੀ, ਗੱਲ ਸ਼ੁਰੂ ਕਰਨ ਲੱਗੇ, ਜਰਾ ਗੌਰ ਫਰਮਾਇਓ। ਰੱਬ ਨੇ ਤਾਂ ਜੱਗ ਵਿੱਚ ਪੈਦਾ ਇਨਸਾਨ ਕੀਤੇ, ਰੱਬ ਨੇ ਤਾਂ ਜੱਗ ਵਿੱਚ ਪੈਦਾ ਇਨਸਾਨ ਕੀਤੇ। ਓਏ ਸੋਚੋ ਜਰਾ, ਲੇਵਲ ਲਗਾਉਣ ਵਾਲਾ ਊਚ ਨੀਚ ਵੱਡੇ ਛੋਟੇ ਕਹਾਣੀ ਵੱਡ ਪਾਉਣ ਵਾਲਾ, ਹਾਂ ਊਚ ਨੀਚ ਵੱਡੇ ਛੋਟੇ ਕਹਾਣੀ ਵੱਡ ਪਾਉਣ ਵਾਲਾ, ਉਹ ਸੋਚੋ ਜਰਾ ਲੇਵਲ ਲਗਾਉਣ ਵਾਲਾ। ਰਹਿਬਰ ਸ਼ੰਭੂ ਕਰੀ ਸੀ ਕਰਦਾ ਤਪੱਸਿਆ ਸੀ, ਸੋਚੋ ਜਰਾ ਕਤਲ ਕਰਾਉਣ ਵਾਲਾ, ਪਸ਼ੂਆਂ ਤੋਂ ਭੈੜੀ ਸੀ ਉਹ ਜ਼ਿੰਦਗੀ ਸਾਡੇ ਲੋਕਾਂ ਦੀ, ਇੱਥੋਂ ਤੱਕ ਪਹੁੰਚਾਉਣ ਵਾਲਾ ਦੱਸੋ
ਸੋਤ ਪਾਉਣੀ ਤਾਂ ਦੂਰ ਦੀ ਗੱਲ ਹੈ, ਕੋਈ ਲਵੇ ਨੀ ਖੜਾਉਂਦਾ ਸੀ, ਆ ਸਾਰੇ ਅਧਿਕਾਰ ਦਬਾਉਣ ਵਾਲਾ ਕੌਣ ਹੈ। ਸੱਚੀ ਮੱਚੀ ਖੁਸ਼ੀ ਹੁੰਦੀ ਹੈ ਮੈਨੂੰ ਕਈ ਵਾਰੀ ਸੁਨੀਲਾ ਸਾਹਿਬ ਕਹਿਣ ਦੇ, ਕਹਿੰਦੇ ਵੀ ਮੈਂ ਤੈਨੂੰ ਦੂਜੇ ਗਾਣੇ ਗਾਉਂਦੇ ਵੀ ਸੁਣਿਆ ਹੈ ਤੇ ਤੈਨੂੰ ਇਹ ਵੀ ਸੁਣਿਆ, ਤੇਰੇ ਬੜਾ ਭਾਵੁਕ ਹੋ ਜਾਂਦਾ। ਮੈਨੂੰ ਅੱਜ ਇਹ ਗੱਲ ਦੀ ਵੀ ਖੁਸ਼ੀ ਹੈ, ਪਹਿਲਾਂ ਉਹ ਉੱਧਰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜ਼ਿਲ੍ਹਾ ਪੱਧਰ 'ਤੇ ਜੀ, ਅਤੇ ਉੱਥੇ ਬੜੇ ਬੁਲਾਰੇ ਬੋਲ ਰਹੇ ਸੀ, ਮੈਂ ਅੱਜ ਮੂਹਰੇ ਬੈਠ ਕੇ ਸੁਣ ਕੇ ਆਇਆ ਤੁਹਾਨੂੰ ਪਾਟੀਆ ਸਾਹਿਬ, ਬੜਾ ਅੱਛਾ ਲੱਗਿਆ। ਸਹੀ ਸਾਡੇ, ਮੈਂ ਪਹਿਲੀ ਗਿਆ, ਸਾਡੇ ਲੋਕ ਇਕੱਠੇ ਹੋ ਰਹੇ ਆ ਅੱਜ ਆਉਣ ਵੇਲੇ। ਹੁਣ ਮੈਂ ਅੰਕਲ ਜੀ ਨਾਲ ਸਾਰੇ ਕਿਸ਼ਨ ਸੰਤ ਜੀ ਨਾਲ ਗੱਲ ਕਰ ਰਿਹਾ ਸੀ, ਮੈਂ ਵੀ ਅੱਜ ਤੋਂ 70 ਸਾਲ ਪਹਿਲਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ, ਅੱਜ ਇੰਨਾ ਟਾਈਮ ਲੱਗ ਗਿਆ ਸਾਡੇ ਜਾਗਣ 'ਤੇ। ਸਰਦਾਰ ਭੂਰਾ ਸਿੰਘ ਜੀ, ਇਹ ਮੇਰਾ ਆਏ ਸਾਲ ਮੇਰੇ ਅੰਕਲ ਮਾਣ ਕਰ ਦਿਆ, ਪਲੀਜ਼ ਤਾੜੀ ਮਾਰ ਦਿਓ ਨਾ ਇਹਨਾਂ 'ਤੇ, ਬਹੁਤ ਸਾਰਾ ਮਾਣ ਕੀਤਾ, ਸ਼ੁਕਰੀਆ, ਮਿਹਰਬਾਨੀ। ਉਹ ਦੀਵੀ ਹੱਥ ਤੇਲ ਵਾਲੇ ਸਾਡੀ ਬਰਬਾਦੀ ਵਾਲਾ, ਓਏ ਸੋਚੋ ਜਰਾ, ਕੰਨਾਂ ਵਿੱਚ ਸ਼ਿਕਾ ਤਾਰ ਕੇ ਬਵਾਉਣ ਵਾਲਾ, ਇਹਨਾਂ ਸਾਰਿਆਂ ਕੋ ਛੁਟਕਾਰਾ ਦਵਾਉਣ ਵਾਲਾ। ਜੇ ਸਾਥੀਓ ਇੱਕ ਗੱਲ ਸੁਣ ਲਿਓ, ਮੈਂ ਵੀ ਇਸੇ ਕੌਮ ਨੂੰ ਬਿਲੋਂਗ ਕਰਦਾ, ਜੇ ਕਿਤੇ ਸੰਵਿਧਾਨ ਨਾਲ ਛੇੜਛਾੜ ਹੋ ਗਈ ਨਾ, 3-4 ਹਜ਼ਾਰ ਸਾਲ ਕੀ ਪਿੱਛੇ ਚਲੇ ਜਾਓਗੇ, ਕਿਤੇ ਮਰਜ਼ੀ ਮੱਥੇ ਰਗੜ ਲਿਓ, ਲਿਟ ਲਿਟ ਜਿਓ, ਚਾਹੇ ਕਿਸੇ ਮਰਜ਼ੀ ਦੇਵੀ ਦੇਵਤੇ ਅੱਗੇ ਕਿਸੇ ਨੇ ਤੁਹਾਡੀ ਆਵਾਜ਼ ਨਹੀਂ ਸੁਣਨੀ। ਸਾਡਾ ਸਭ ਤੋਂ ਵੱਡਾ ਦੇਵਤਾ ਡਾਕਟਰ ਭੀਮ ਰਾਓ ਅੰਬੇਡਕਰ, ਆਓ, ਜਿਵੇਂ ਅੱਜ ਉੱਧਰ ਕਹਿ ਰਹੇ ਸੀ, ਕਹਿੰਦੇ ਜੇ ਪੂਜਾ ਕਰਨੀ ਵੀ ਹੈ, ਸਾਨੂੰ ਕਿਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ, ਜਿਹਨਾਂ ਨੇ ਸਾਡੇ ਵਾਸਤੇ ਕੁਝ ਕੀਤਾ। ਕਹਿੰਦਾ ਹੋਰ ਹੀ ਕਿਧਰੇ ਉਲਝੇ ਫਿਰਦੇ, ਭੁੱਲ ਕੇ ਹਿਸਟਰੀ ਘਰ ਦੀ, ਓਏ ਦਿਲ ਤੋਂ ਪੂਜਾ ਕਰੋ, ਪੂਜਾ ਕਰੋ ਅੰਬੇਡਕਰ ਦੀ। ਬਹੁਤ ਸਾਰਾ ਮਾਣ ਕੀਤਾ, ਸ਼ੁਕਰੀਆ, ਮੇਰੀ ਮਿਹਰਬਾਨੀ। ਹੁਣ ਜਾਤ ਪਾਤ ਦਾ ਭੇਦ ਮਿਟਾ, ਜਾਤ ਪਾਤ ਦਾ ਭੇਦ ਮਿਟਾਇਆ, ਮਾਨਵਤਾ ਦਾ ਨਾਰਾ ਲਾਇਆ, ਸੁੱਤੀਆਂ ਤੋਂ ਮਹਤਾਈ ਜਗਾਇਆ, ਸੁੱਤੀਆਂ ਤੋਂ ਮਹਤਾਈ ਜਗਾਇਆ, ਬਣ ਕੇ ਦੁੱਖਾਂ ਦਾ ਦਰਦੀ ਦਲ ਤੋਂ ਪੂਜਾ ਕਰੋ, ਪੂਜਾ ਕਰੋ ਮੇਰੇ ਕੰਨ ਦੀ, ਓਏ ਦਲ ਤੋਂ ਪੂਜਾ ਕਰੋ, ਪੂਜਾ ਕਰੋ ਮੇਰੇ ਕੰਨ ਦੀ, ਦਲ ਤੋਂ ਪੂਜਾ ਕਰੋ। ਬੈਠੇ ਕਹਿ ਰਹੇ ਸੀ, ਕਹਿੰਦੇ ਪਲੀਜ਼ ਸੁਣਾ ਦੇ ਕੁਝ, ਮੈਂ ਕਿਹਾ ਸਾਡੇ ਸੁਨੀਲਾ ਸਾਹਿਬ ਵੀ ਕਹਿੰਦੇ ਹੁੰਦੇ ਆ, ਸਾਡੇ ਬਹੁਤ ਸਰ, ਬਹੁਤ ਸਾਰਾ ਮਾਣ ਕੀਤਾ ਜੀ, ਮੈਂ ਪਲੀਜ਼, ਮੈਨੂੰ ਪਤਾ ਜੇ ਅੱਜ ਅਸੀਂ ਇੱਥੇ ਖੜੇ ਬੋਲ ਰਹੇ ਹਾਂ ਤਾਂ ਇਹ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਦੇਣ ਹੈ ਜੀ, ਜੇ ਆਹ ਚਾਰ ਸਿੱਕੇ ਇਕੱਠੇ ਹੁੰਦੇ ਆ, ਇਹ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਦੇਣ ਹੈ ਜੀ, ਇੱਕ ਤਾਜੀ ਪਲੀਜ਼ ਉਹਨਾਂ ਦੇ ਨਾਂ 'ਤੇ ਮਾਰ ਦਿਓ ਪਲੀਜ਼। ਹਾਂਜੀ, ਔਰਤ ਸੀ ਜੋ ਪੈਦੀ ਜੁੱਤੀ, ਔਰਤ ਸੀ ਜੋ ਪੈਦੀ ਜੁੱਤੀ, ਉਸਦੇ ਹੱਕ ਵਿੱਚ ਝੰਡੀ ਚੁੱਕੀ, ਔਰਤ ਸੀ ਜੋ ਪੈਦੀ ਜੁੱਤੀ, ਉਸਦੇ ਹੱਕ ਵਿੱਚ ਝੰਡੀ ਚੁੱਕੀ, ਤਾਂ ਕਾਲ ਹੈ ਪਦਵੀ ਉੱਚੀ, ਤਾਂ ਕਾਲ ਹੈ ਪਦਵੀ ਉੱਚੀ, ਨਾ ਰੋਸ਼ਨ ਹੈ ਗੱਲ ਤੋਂ ਪੂਰਾ ਕਰੋ।
ਭਾਰਤ ਦਾ ਸੰਵਿਧਾਨ ਬਣਾਇਆ, ਵੋਟ ਦਾ ਸਭ ਨੂੰ ਹੱਕ ਦਿਵਾਇਆ। ਕਹਿੰਦੇ ਜਦੋਂ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਸੀ, ਪੜ੍ਹੇ ਅਜੇ ਕਿਤੇ, ਕਹਿੰਦੇ ਨਾਲ ਉਹਨਾਂ ਦੇ ਭਾਰਤ ਦੇ 21 ਪੰਡਿਤ ਜਿਹੜੇ ਪੜ੍ਹਾਈ ਦੇ ਵਿੱਚ ਪੰਡਿਤ ਸੀਗੇ ਉਹ ਨਾਲ ਬਿਠਾਏ ਸੀ, ਸਾਰੇ ਛੱਡ ਕੇ ਭੱਜ ਗਏ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਉਹਨੂੰ ਪਤਾ ਸੀ ਜੇ ਮੈਂ ਜਾਗਾਂਗਾ ਉਹਨਾਂ ਤੇ ਜ਼ਿੰਮੇਵਾਰੀ ਸੀ, ਅੰਗਰੇਜ਼ ਅਧਿਕਾਰੀ ਰਾਤ ਨੂੰ ਮਿਲਣ ਆਏ, ਗਾਂਧੀ ਕੋਲੇ ਗਏ, ਸੁੱਤਾ ਪਿਆ ਸੀ, ਪਰ ਉਹਨਾਂ ਨੂੰ ਸੋਚਿਆ ਵੀ ਬਾਬਾ ਸਾਹਿਬ ਕੋਲ ਚੱਲਦੇ ਆ। ਜਦੋਂ ਗਏ ਉਹ ਲਿਖਤ ਦਾ ਕੰਮ ਕਰ ਰਹੇ ਸੀ, ਆਹ ਮੇਰੀ ਕੌਮ ਦੇ ਵਾਸਤੇ ਸਾਰੀਆਂ ਰਾਤਾਂ ਜਾਗੀਆਂ ਉਹਨਾਂ ਨੇ, ਆਪਣੇ ਧੀਆਂ ਪੁੱਤ ਦਾ ਕੁਰਬਾਨ ਕਰਦੇ। ਕਦੇ ਉਹਨਾਂ ਨੂੰ ਪੜ੍ਹੋ, ਸਾਨੂੰ ਤਾਂ ਪਤਾ ਲੱਗੇਗਾ। ਜਦੋਂ ਬਾਬਾ ਸਾਹਿਬ ਨੂੰ ਪੜ੍ਹਦੇ ਹਾਂ ਕਸਮ ਲੱਗੇ, ਇੰਨਾ ਨਾ ਮਤਲਬ ਕਿ ਰੋਂਗਟੇ ਖੜੇ ਹੋ ਜਾਂਦੇ ਇਨਸਾਨ ਦੇ ਵੀ ਉਹ ਇਕੱਲਾ ਇਨਸਾਨ। ਇੱਕ ਮੈਡਮ ਨਾਲ ਮੈਂ ਗੱਲ ਕੀਤੀ ਸਕੂਲ ਦੇ ਵਿੱਚ, ਮੈਨੂੰ ਕਹਿੰਦੀ ਸਰ ਇੰਨੇ ਤਾਂ ਪੜ੍ਹੇ ਨਹੀਂ ਹੋ ਸਕਦੇ ਕੋਈ, ਇੰਨਾ ਇਨਸਾਨ ਕਿਵੇਂ ਪੜ੍ਹ ਜੂ, ਕਹਿੰਦੇ ਜੀ ਤਾਂ ਐਵੇਂ ਲਿਖਿਆ। ਉਹ ਕੀ ਕਰੀਏ, ਤੁਹਾਨੂੰ ਕੀ, ਤੁਹਾਨੂੰ ਲੱਖਣ ਕਿੱਦੇ ਆਊਗਾ। ਬਾਬਾ ਸਾਹਿਬ ਬਾਕੀ ਇੰਨੇ ਪੜ੍ਹੇ ਸੀ, ਸਭ ਤੋਂ ਵੱਧ ਪੜ੍ਹੇ। 1000 ਦਿਨ ਦੇ ਵਿੱਚ 16000 ਕਿਤਾਬਾਂ ਪੜ੍ਹਨ ਦਾ ਰਿਕਾਰਡ ਅੱਜ ਵੀ ਬਾਬਾ ਸਾਹਿਬ ਦੇ ਨਾਂ ਬੋਲਦਾ। 32 ਸੰਦੂਕ ਭਰ ਕੇ ਲੈ ਕੇ ਆਏ ਸੀ ਜਦੋਂ ਬਾਹਰੋਂ ਬਾਬਾ ਸਾਹਿਬ ਇੱਥੇ ਆਏ ਸੀ। ਇੱਕ ਤਾਂ ਕਹਿੰਦੇ ਉਹਨਾਂ ਦਾ ਬੇੜਾ ਸੀ ਜਿਹੜਾ ਜਹਾਜ਼ ਦਾ ਬੇੜਾ ਸੀ ਡੁੱਬ ਹੀ ਗਿਆ ਸੀ, ਮੈਨੂੰ ਜਿੰਨੀ ਕੁ ਨੌਲੇਜ ਹੈ। ਬਾਬਾ ਸਾਹਿਬ ਇੰਨੀ ਮਿਹਨਤ ਕੀਤੀ ਉਹਨਾਂ ਨੇ ਸਾਡੇ ਲੋਕਾਂ ਵਾਸਤੇ, ਜਿਹੜੇ ਅੱਜ ਅਸੀਂ ਇਹਨਾਂ ਨਾਲ ਅਸੀਂ ਆ ਬੈਠੇ ਰੰਗ ਮਾਣਦੇ ਹਾਂ, ਇਹ ਸਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਦੇਣ ਹੈ ਜੀ, ਅਤੇ ਉਹਨਾਂ ਸਾਰੇ ਜਾਗਦੇ ਲੋਕਾਂ ਦੀ ਮਤਲਬ ਕਿ ਮਿਹਰਬਾਨੀ ਹੈ ਜਿਹੜੇ ਅੱਗੇ ਦੀ ਅੱਗੇ ਆਪਣਾ ਆਪਣਾ ਰੋਲ ਅਦਾ ਕਰ ਰਹੇ ਨੇ। ਮੈਂ ਸਾਰੇ ਟੀਚਰਾਂ ਨੂੰ, ਮੈਂ ਪੇਸ਼ੇ ਵਜੋਂ ਟੀਚਰ ਹਾਂ ਜੀ, ਮੈਂ ਸਾਰੇ ਜਿਹੜੇ ਸਾਡੇ ਸਮਾਜ ਦੇ ਚਿੰਤਕ ਲੋਕ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਆਪਣਾ ਫਰਜ਼ ਅਦਾ ਕਰੋ। ਬਾਬਾ ਸਾਹਿਬ ਤਾਂ ਕਰਕੇ ਤੁਹਾਡੀ ਸਮਝ ਬਣ ਗਈ, ਤੁਸੀਂ ਜਿੱਥੇ ਵੀ ਖੜੇ ਹੋ ਆਪਣੇ ਲੋਕਾਂ ਨੂੰ ਸੁਚੇਤ ਕਰੋ। ਬਾਬਾ ਸਾਹਿਬ ਵੀ ਪੈਸੇ ਇਕੱਠੇ ਕਰਨੀ ਸੀ ਆਏ, ਬਹੁਤ ਸਾਰੇ ਧਰਮਾਂ ਨੇ ਉਹਨਾਂ ਨੂੰ ਕਰੋੜਾਂ ਅਰਬਾਂ ਰੁਪਈਆਂ ਦੀਆਂ ਉਹਨਾਂ ਸਮੇਂ ਦੇ ਵਿੱਚ ਪੇਸ਼ਕਸ਼ਾਂ ਕੀਤੀਆਂ ਵੀ ਸਾਡਾ ਧਰਮ ਅਪਣਾ ਲੈ, ਤੁਸੀਂ ਪੜ੍ਹੋ। ਐਸ ਐਲ ਬਿਰਦੀ ਸਾਹਿਬ ਦੀ ਕਿਤਾਬ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਮੈਂ ਪੜ੍ਹਿਆ ਪਿੱਛੇ ਬੜੇ ਪਾਰਸੀਆਂ ਨੇ ਕੀਤਾ, ਯਹੂਦੀਆਂ ਨੇ ਕੀਤਾ, ਹੋਰ ਵੀ ਕਈ ਜਿਹੜੀਆਂ ਕਾਸਟਾਂ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਧਰਮ ਦੇ ਵਿੱਚ ਤੁਹਾਡਾ ਧਰਮ ਅਪਣਾ ਲਓ। ਜਦੋਂ 14 ਅਕਤੂਬਰ 1956 ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਆਖਿਰ ਦੇ ਵਿੱਚ ਉਹ ਧਰਮ ਅਪਣਾਇਆ ਨਾ, ਉਸ ਤੋਂ ਪਹਿਲਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵਾਪਰ ਚੁੱਕੀਆਂ ਸੀ। ਬਾਬਾ ਸਾਹਿਬ ਚਾਹੁੰਦੇ ਤਾਂ ਪੈਸਾ ਇਕੱਠਾ ਕਰ ਸਕਦੇ ਸੀ, ਇੱਕ ਐਸ਼ ਆਰਾਮ ਦੀ ਜ਼ਿੰਦਗੀ ਇਕੱਠੀ ਕਰ ਸਕਦੇ ਸੀ, ਪਰ ਨਹੀਂ। ਅੱਜ ਉਹਨਾਂ ਨੂੰ ਇਸੇ ਕਰਕੇ ਯਾਦ ਕਰਦਾ ਇਹ ਸਮਾਜ, ਕਿਉਂਕਿ ਉਹਨਾਂ ਨੇ ਸਾਰੇ ਸਮਾਜ ਦੇ ਲਈ ਇੰਨਾ ਵੱਡਾ ਉਪਰਾਲਾ ਕੀਤਾ। ਥੈਂਕ ਯੂ। ਜਿਹੜੀ ਅਗਲੀ ਗੱਲ ਹੈ ਜੀ, ਸਭ ਲਈ ਇੱਕ ਕਾਨੂੰਨ ਬਣਾਇਆ। ਇਹ ਭਾਰਤ ਇੱਕ ਐਸਾ ਦੇਸ਼ ਹੈ ਜੇ ਸੰਵਿਧਾਨ ਤੋਂ ਪਹਿਲਾਂ ਦੀ ਗੱਲ ਕਰ ਲਈਏ, ਸਾਰਿਆਂ ਵਾਸਤੇ ਜਿਹੜੀਆਂ ਉੱਚੀਆਂ ਕੌਮਾਂ ਆਪਣੇ ਆਪ ਨੂੰ ਉੱਚੇ, ਉਹਨਾਂ ਵਾਸਤੇ ਕੋਈ ਹੋਰ ਕਾਨੂੰਨ ਸੀ, ਜਿਹੜੇ ਥੱਲੜੇ ਨੇ ਹਰ ਇੱਕ ਜਾਤਾਂ ਦੇ ਵਾਸਤੇ ਅਲੱਗ ਅਲੱਗ ਇਹਨਾਂ ਨੇ ਕਾਨੂੰਨ ਬਣਾਏ ਹੋਏ ਸੀ। ਪਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ 5993 ਜਾਤਾਂ ਨੂੰ ਇਕੱਠੀਆਂ ਕਰਕੇ ST ਸ਼ਡਿਊਲ ਕਾਸਟ ਦਾ ਨਾਮ ਦਿੱਤਾ ਉਹਨਾਂ ਨੇ। ਭਾਰਤ ਦਾ ਸੰਵਿਧਾਨ ਬਣਾਇਆ, ਵੋਟ ਦਾ ਸਭ ਨੂੰ ਹੱਕ ਦਿਵਾਇਆ, ਔਰ ਸਭ ਲਈ ਇੱਕ ਕਾਨੂੰਨ ਬਣਾਇਆ, ਸਭ ਲਈ ਇੱਕ ਕਾਨੂੰਨ ਬਣਾਇਆ, ਚੱਕਦੀ ਹਨੇਰਾ ਕਰਦੀ ਜਸ਼ਨ ਮਨਾਉਂਦੇ, ਜੇ ਨਾ ਬਾਬਾ
ਤੁੰਗੋਵਾਲੀਆ ਸਾਹਿਬ ਦਾ ਗਾਣਾ ਲਿਖਿਆ ਹੋਇਆ, ਬੜੀ ਸੋਹਣੀ ਗੱਲ ਲਿਖੀ ਹੈ। ਤੁੰਗੋਵਾਲੀਆ ਕਦੇ ਨਾ ਪਾਉਂਦੇ ਫਿਰ ਸਰਕਾਰੀ ਵਰਦੀ। ਆ ਜਿਹੜੇ ਮੈਂ ਜਿਹੜੇ ਵੱਖ ਵੱਖ ਮਹਿਕਮਿਆਂ 'ਚ ਲੱਗੇ ਬੈਠੇ ਆ, ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਦੇਣ ਹੈ। ਜੇ ਅਸੀਂ ਪੜ੍ਹੇ ਲਿਖੇ ਤਾਂ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਉਹ ਤੁੰਗੋਵਾਲੀਆ ਕਦੇ ਨਾ ਪਾਉਂਦੇ ਫਿਰ ਸਰਕਾਰੀ ਵਰਦੀ। ਸਮਝ ਆਉਂਦੀ ਹੈ ਜੀ? ਸਮਝ ਆ ਰਹੀ ਹੈ? ਜੇ ਆ ਰਹੀ ਹੈ ਤਾਂ ਪਲੀਜ਼ ਜਾ ਕੇ ਸਮਝ ਆ ਜਾਓ, ਆਪਣੇ ਕੋਲੇ ਨਾ ਰੱਖਿਓ। ਸਭ ਤੋਂ ਵੱਡੀ ਗੱਲ ਆਹੀ ਹੈ, ਇੱਕ ਨਾਲ ਇੱਕ, ਇੱਕ ਨਾਲ ਇੱਕ ਅਸੀਂ ਜਗਾਉਣਾ ਹੈ ਸਮਾਜ ਨੂੰ, ਆਪੋ ਆਪਣਾ ਯੋਗਦਾਨ। ਮੈਂ ਸਵੇਰੇ ਸੰਗੀਲਾ ਸਾਹਿਬ ਨਾਲ ਗੱਲ ਕਰ ਰਿਹਾ ਸੀ, ਉਹ ਮੈਂ ਇੱਕ ਗੱਲ ਸੁਣਾਉਂਦੇ ਹੁੰਦੇ ਆ ਵੀ ਚਿੜੀ ਦਾ ਯੋਗਦਾਨ ਹੈ ਨਾ। ਉਹ ਕਹਿੰਦੀ ਵੀ ਕੱਲ੍ਹ ਨੂੰ ਜਦੋਂ ਇਤਿਹਾਸ ਲਿਖਿਆ ਜਾਊ ਨਾ ਕਿਤੇ, ਵੀ ਮੇਰਾ ਬੁਝਾਉਣ ਵਾਲਿਆਂ 'ਚ ਨਾ ਆਊਗਾ, ਨਾ ਕਿ ਮੇਰਾ ਗਲਾਉਣ ਵਾਲਿਆਂ 'ਚ ਨਾ ਆਊਗਾ, ਅਤੇ ਪਲੀਜ਼ ਆਪਾਂ ਸਾਰੇ ਸਿਹੜੇ ਹਾਂ। ਅਤੇ ਇਹਦੇ ਨਾਲ ਹੀ ਹਾਂਜੀ ਸੁਣ ਕੇ ਜਰਾ। ਉਹ ਰਹਿੰਦੇ ਦੂਰ ਹੀ ਕੋਰਟ ਕਚਹਿਰੀਆਂ ਤੋਂ, ਤੇ ਨਾ ਹੀ ਸਾਡਾ ਵਕੀਲ ਕੋਈ ਜੱਜ ਹੁੰਦਾ। ਰਹਿੰਦੇ ਦੂਰ ਹੀ ਕੋਰਟ ਕਚਹਿਰੀਆਂ ਤੋਂ, ਤੇ ਨਾ ਹੀ ਸਾਡਾ ਕੋਈ ਵਕੀਲ ਤੇ ਜੱਜ ਹੁੰਦਾ। ਇਹਨਾਂ ਪੱਗਾਂ ਦੁਪੱਟਿਆਂ ਚੁੰਨੀਆਂ ਦੀ ਥਾਂ ਉਹ ਸਾਡੇ ਸਿਰ ਤੇ ਟੋਕਰੀ ਸ਼ਰਮ ਹੁੰਦਾ। ਕਹਿੰਦਾ ਮਾਣ ਨਾ ਕੋਈ ਨਿਮਾਣਿਆਂ ਨੂੰ, ਤੇ ਨਾ ਹੀ ਜ਼ਿੰਦਗੀ ਜਿਉਣ ਦਾ ਜੱਜ ਹੁੰਦਾ। ਹੁੰਦਾ ਕਿਤੇ ਨਾ ਜ਼ਿਕਰ ਸਾਡਾ, ਹੁੰਦਾ ਕਿਤੇ ਵੀ ਨਾ ਜ਼ਿਕਰ ਸਾਡਾ। ਬਾਬਾ ਸਾਹਿਬ ਨਾ ਜੇਕਰ ਸਾਡੇ ਪਾਸ ਹੁੰਦਾ। ਬੇਸ਼ੱਕ ਸੰਗੀਤ ਰਾਹੀਂ ਅਸੀਂ ਗੱਲ ਕਰ ਰਹੇ ਹਾਂ, ਪਰ ਸੱਚੀ ਗੱਲ ਆਹੀ ਹੈ, ਜੇ ਧਿਆਨ ਨਾਲ ਜਦੇ ਬਾਬਾ ਸਾਹਿਬ ਨੂੰ ਪੜ੍ਹ ਲਿਆ ਨਾ, ਤੁਹਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਆਹ ਜਿਹੜੀਆਂ ਬਹਾਰਾਂ ਮਾਣਦੇ ਹਾਂ ਨਾ, ਜਿਹੜੀਆਂ ਅਸੀਂ ਗੱਡੀਆਂ ਲਈ ਫਿਰਦੇ ਹਾਂ, ਕਾਰਾਂ ਲਈ ਫਿਰਦੇ ਹਾਂ, ਅਸੀਂ ਆਪਦੇ ਸਟੇਟਸ ਬਣਾ ਰੱਖੇ ਨੇ ਵੀ ਅਸੀਂ ਪਤਾ ਨਹੀਂ ਕੀ ਬਣ ਗਏ, ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਰਕੇ। ਇਹਦੇ ਨਾਲ ਹੀ ਮੈਂ ਗੱਲ ਕਰਨ ਲੱਗਿਆ, ਜਿਹੜਾ ਸਾਡੇ ਉਹਨਾਂ ਲੋਕਾਂ ਵਾਸਤੇ ਜਿਹਨਾਂ ਨੂੰ ਪਤਾ ਨਹੀਂ, ਜਿਹਨਾਂ ਨੂੰ ਪਤਾ ਹੈ ਉਹ ਵੀ ਭੁੱਲੇ ਹੋਏ। ਜਿੱਥੋਂ ਦਰਵਾਜ਼ੇ ਕਿਸਮਤ ਦੇ, ਜਿੱਥੋਂ ਦਰਵਾਜ਼ੇ ਕਿਸਮਤ ਦੇ ਸਾਡੇ ਲਈ ਖੁੱਲੇ, ਤੁਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਕਿਉਂ ਫਿਰਦੇ ਹੋ ਭੁੱਲੇ। ਕਿਸਮਤ ਦੇ ਜਿੱਥੋਂ ਦਰਵਾਜ਼ੇ ਕਿਸਮਤ ਦੇ ਸਾਡੇ ਨੇ ਖੁੱਲੇ, ਪੁੱਤ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਾ, ਅਸੀਂ ਬੱਚਿਆਂ ਨੂੰ ਇਹ ਗੱਲ ਕਹਿੰਦੇ ਪੁੱਤ
ਖਬਰਾਂ ਸੁਣਿਆ ਕਰੋ, ਪਤਾ ਲੱਗੂ ਵਣ ਦੇ ਵਿੱਚ ਕਿੱਥੇ ਕਿੱਥੇ ਕੀ ਹੋ ਰਿਹਾ। ਇੱਕ ਅੱਛੀਆਂ ਫਿਲਮਾਂ ਦੇਖਿਆ ਕਰੋ, ਅੱਛੀਆਂ ਫਿਲਮਾਂ ਬਹੁਤ ਨੇ, ਦੱਸਣ ਵਾਲਾ ਹੋਵੇ ਤਾਂ ਬੱਚੇ ਅੱਗੇ ਆਪੇ ਨਿਕਲ ਆਉਂਦੇ। ਸ਼ੂਦਰਾ ਫਿਲਮ ਦੇਖੀ ਹੈ ਕਿਸੇ ਨੇ? ਨਹੀਂ ਦੇਖੀ ਤਾਂ ਪਲੀਜ਼ ਦੇਖ ਲਿਓ, ਮੇਰੇ ਕਹਿਣ 'ਤੇ ਦੇਖ ਲਿਓ। ਸਾਡੇ ਲੋਕਾਂ ਦਾ ਐਡਾ ਬੁਰਾ ਹਾਲ ਉਸਦੇ ਵਿੱਚ ਦਿਖਾਇਆ ਹੋਇਆ, ਜਿਹੜਾ ਗੌਰ ਫਿਲਮ। ਹਾਂਜੀ ਸਰ, ਸਦੀਆਂ ਤੋਂ ਸੀ ਬੰਦ ਜੋ ਮੰਦਰ ਤੁਹਾਡੇ ਲਈ ਖੁੱਲ੍ਹਵਾਏ, ਲੰਦਨੋਂ ਜਾ ਕੇ ਤੁਹਾਡੇ ਲਈ ਉਹ ਵੋਟ ਦਾ ਹੱਕ ਲਿਆਏ, ਗੱਲ ਦੇ ਵਿੱਚ ਗੱਲ ਹੈ, ਪਲੀਜ਼ ਸੁਣ ਲਿਓ ਜਰਾ ਗੌਰ ਨਾਲ ਜੀ। ਇਤਿਹਾਸ ਬਦਲਣੇ ਵਾਵੇਗਾ, ਤੁਸੀਂ ਕਿਉਂ ਇਤਿਹਾਸ ਨਹੀਂ ਪੜ੍ਹਦੇ? ਇਤਿਹਾਸ ਬਦਲਣੇ ਵਾਵੇਗਾ, ਤੁਸੀਂ ਕਿਉਂ ਇਤਿਹਾਸ ਨਹੀਂ ਪੜ੍ਹਦੇ? ਇਤਿਹਾਸ ਨਹੀਂ ਪੜ੍ਹਦੇ, ਵੱਡੇ ਵੱਡੇ ਦੇਸ਼ ਵੀ ਜੀ ਦੀ ਅਕਲ ਨੂੰ ਸਜਦਾ ਕਰਦੇ, ਅਮਰੀਕਾ ਅੱਜ ਦੁਨੀਆਂ ਤੇ ਰਾਜ ਕਰ ਰਿਹਾ ਸਭ ਤੋਂ ਵੱਡੀ ਸ਼ਕਤੀ ਹੈ। ਉਹ ਕਹਿੰਦੇ ਜੇ ਬਾਬਾ ਸਾਹਿਬ ਸਾਡੇ ਦੇਸ਼ ਵਿੱਚ ਪੈਦਾ ਹੋਏ ਹੁੰਦੇ ਤਾਂ ਅਸੀਂ ਉਹਨਾਂ ਨੂੰ ਗਿਆਨ ਦਾ ਸੂਰਜ ਕਹਿੰਦੇ, ਗਿਆਨ ਦਾ ਸੂਰਜ। ਸਿੰਬਲ ਆਫ ਨਾਰਥ ਸੰਯੁਕਤ ਰਾਸ਼ਟਰ ਵੱਲੋਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਅੱਜ ਦਾ ਦਿਨ। ਨੌਲ ਦੇ ਪੱਖੋਂ ਕੋਲੰਬੀਆ ਯੂਨੀਵਰਸਿਟੀ ਉਹ ਕਹਿੰਦੇ ਸਾਨੂੰ ਇਸ ਆਪਣੀ ਯੂਨੀਵਰਸਿਟੀ 'ਤੇ ਮਾਣ ਹੈ ਕਿ ਸਾਡੇ ਇੱਥੇ ਉਹ ਵਿਦਿਆਰਥੀ ਪੜ੍ਹ ਕੇ ਗਿਆ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ। ਦੇਖੋ ਜਿਹੜੇ ਦੇਸ਼ ਨੇ ਵੱਡੇ ਵੱਡੇ ਅਕਲ ਨੂੰ ਕਿਵੇਂ ਸਜਦਾ ਕਰ ਰਹੇ ਨੇ। ਨੇਪਾਲ ਕਹਿੰਦਾ ਜਿਹੜਾ ਸਾਡਾ ਸੰਵਿਧਾਨ ਹੋਏਗਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਿਹੜੇ ਭਾਰਤੀ ਸੰਵਿਧਾਨ ਦੀ ਤਰਜ਼ ਤੇ ਹੋਏਗਾ। ਪਾਕਿਸਤਾਨ ਕਹਿੰਦਾ, ਪਾਕਿਸਤਾਨ ਇਹ ਗੱਲ ਕਹਿ ਰਿਹਾ ਕਹਿੰਦੇ ਜੇ ਬਾਬਾ ਸਾਹਿਬ ਸਾਡੇ ਕੰਨੀ ਆ ਜਾਂਦੇ ਜਾਂ ਸਾਡੇ ਹਿੱਸੇ ਆ ਜਾਂਦੇ ਉਦੋਂ ਪਾਕਿਸਤਾਨਾਂ ਦੀ ਚੀਜ਼ ਨਹੀਂ ਸੀ, ਬਾਅਦ ਦੇ ਵਿੱਚ ਬਣਿਆ। ਸਾਨੂੰ ਕਹਿੰਦੇ ਜਿਹੜੀ ਧਾਰਮਿਕ ਕੱਟੜਤਾ ਹੈ ਉਹ ਮਿਟਾਉਣ ਦੇ ਵਿੱਚ ਬੜੀ ਆਸਾਨੀ ਹੋਣੀ ਸੀ। ਬਹੁਤ ਸਾਰੇ ਦੇਸ਼, ਬਾਕੀ ਮੈਂ ਰਿਜ਼ਰਵੇਸ਼ਨ ਬਾਰੇ ਵੀ ਦੱਸਦੇ ਹਾਂ, ਬਹੁਤ ਸਾਰੇ ਜਿਹੜੇ ਦੇਸ਼ਾਂ ਦੇ ਵਿੱਚ ਦਿੱਤੀ ਜਾਂਦੀ ਹੈ। ਕਈਆਂ ਨੂੰ ਇੱਥੇ ਐਵੇਂ ਕਹਿੰਦੇ ਰਹਿੰਦੇ ਨੇ ਵੀ ਸਾਡੇ ਇੱਥੇ ਇੰਡੀਆ 'ਚ ਦਿੱਤੀ ਜਾਂਦੀ ਹੈ। ਬਹੁਤ ਸਾਰੇ ਮੇਰੇ ਕੋਲ ਡਾਟਾ ਵੀ ਹੈ ਪਰ ਮੈਨੂੰ ਮੈਂ ਪਰ ਸਿੰਘਿਆ ਸਾਹਿਬ ਨਾਲ ਗੱਲ ਕਰਕੇ ਹਟਿਆ, ਮੈਨੂੰ ਇਹ ਲੱਗਦਾ ਮਹਾਂ ਗਾਣਾ ਤਾਂ ਕਿਉਂ ਦੀ ਗਏ ਜੋ ਗੱਲੀ ਬਾਤ ਹੋਣਗੀਆਂ। ਸੋ ਗੱਲ ਉੱਥੇ ਫਿਰ ਆ ਗਈ, ਇਤਿਹਾਸ ਬਦਲਣੇ ਵਾਲੇ ਦਾ ਤੁਸੀਂ ਕਿਉਂ ਇਤਿਹਾਸ ਨਹੀਂ ਪੜ੍ਹਦੇ? ਕਿਉਂ ਇਤਿਹਾਸ ਨਹੀਂ ਪੜ੍ਹਦੇ? ਉਹ ਵੱਡੇ ਵੱਡੇ ਦੇਸ਼ ਵੀ ਜੀ ਦੀ ਅਕਲ ਨੂੰ ਸਜਦਾ ਕਰਦੇ, ਆਜ਼ਾਦ ਹਵਾਵਾਂ ਠੰਡੀਆਂ, ਆਜ਼ਾਦ ਹਵਾ
ਤੇ ਕੁਚਲੇ ਲੋਕਾਂ ਦੀ ਐ ਤਰਦਾ ਭਰੀ ਹੀ ਕਹਾਣੀ ਤਰਦਾ ਭਰੀ ਹੀ ਕਹਾਣੀ ਤਰਦਾ ਭਰੀ ਹੀ ਕਹਾਣੀ ਕੀ ਹੋ ਗਿਆ ਜੀ ਅੱਜ ਅਸੀਂ ਸਰਕਾਰੀ ਨੌਕਰ ਹੋ ਗਏ ਸਾਡੇ ਬਾਪ ਦਾਦੇ ਤਾਂ ਕੰਮ ਕਰ ਕਰਕੇ ਖਾਂਦੇ ਸੀ ਸਾਡੇ ਚਾਚੇ ਤਾਏ ਅੱਜ ਵੀ ਕੰਮ ਕਰ ਕਰਕੇ ਖਾਂਦੇ ਆ ਸਾਡੇ ਸਾਡੇ ਲੋਕ ਹੱਥੀ ਮਿਹਨਤ ਕਰਨ ਵਾਲੇ ਕੀ ਹੁੰਦਾ ਸੀ ਉਹਨਾਂ ਦੇ ਦੱਬੇ ਕੁਚਲੇ ਲੋਕਾਂ ਦੀ ਹੈ ਦਰਦਾਂ ਭਰੀ ਹੀ ਕਹਾਣੀ ਸ਼ੂਦਰ ਨੂੰ ਸੀ ਮਨਹਾ ਤਲਾ ਤੋਂ ਕੁੱਤੇ ਪੀਂਦੇ ਸੀ ਪਾਣੀ ਕੁੱਤੇ ਪੀਂਦੇ ਸੀ ਪਾਣੀ ਕੁੱਤੇ ਪੀਂਦੇ ਸੀ ਪਾਣੀ ਹੱਕ ਰੱਖ ਵੇ ਦੇ ਗਿਆ ਆਹ ਗੱਲ ਸੁਣਿਓ ਜਰਾ ਹੱਕ ਰੱਖ ਵੇ ਦੇ ਗਏ ਸਾਨੂੰ ਅਣ ਮੁੱਲੇ ਤੁਹਾਡੇ ਵਾਸਤੇ ਗੀਤ ਕਰਨ ਦਾ ਐਨ ਗੱਲ ਬਣਦੀ ਜੀ ਉਹ ਕੰਨ ਲਾ ਕੇ ਸੁਣੋ ਪੈਗਾਮ ਮੇਰਾ ਇਹ ਜਾਰੀ ਰਹੇ ਸੰਗਰਾਮ ਮੇਰਾ ਚੱਕਾ ਨਾ ਹੋ ਜੇ ਜਨਮ ਮੇਰਾ ਸੰਘਰਸ਼ ਕਰੋ ਬਾਬਾ ਸਾਹਿਬ ਆਖਦਾ ਹੈ ਹੱਥ ਖੜੇ ਕਰਕੇ ਇੰਨੀ ਆਵਾਜ਼ ਉੱਚੀ ਹੋਵੇ ਪਤਾ ਲੱਗ ਜੇ ਮਾਨਸਾ ਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰੀ ਜਾਂਦੇ ਨੇ ਪਰ ਵਿਦਿਆ ਹੋਏ ਚਾਨਣ ਹੁੰਦਾ ਦੂਰ ਹਨੇਰਾ ਹੈ ਗਿਆਨ ਅੱਖਰੀ ਪਾ ਕੇ ਹੁੰਦਾ ਦੂਰ ਹਨੇਰਾ ਹੈ ਇੱਥੇ ਪੜ੍ਹਨਾ ਬਹੁਤ ਜ਼ਰੂਰੀ ਹੱਕਾਂ ਲਈ ਲੜਨਾ ਜ਼ਰੂਰੀ ਇੱਥੇ ਪੜ੍ਹਨਾ ਬੜਾ ਜ਼ਰੂਰੀ ਜੇ ਤੁਸੀਂ ਰੱਜ ਕੇ ਖਾਣੀ ਚੂਰੀ ਤੁਹਾਡੀ ਹੋਵੇ ਨਾ ਮਜਬੂਰੀ ਕਿਉਂਕਿ ਹੱਕ ਆਪਦਾ ਹੈ ਪੜੋ ਜੁੜੋ ਸੰਘਰਸ਼ ਕਰੋ ਕੀ ਮਰਾ ਕੀ ਆਖਦਾ ਹੈ ਮਾਹੌਲ ਇੱਕ ਇਸ ਤਰ੍ਹਾਂ ਦਾ ਮੈਂ ਕੱਲ ਹੀ ਸ਼ਾਮ ਤਿਆਰ ਕੀਤਾ ਹੈ ਤੇ ਪਰ ਜਿਹੜਾ ਖਾਣ ਪੀਣ ਵਾਲਾ ਧਿਆਨ ਜ਼ਿਆਦਾ ਹੈ ਮੇਰੀ ਗੱਲ ਹੈ ਮੈਂ ਅਕਸਰ ਹੀ ਕਹਿੰਦਾ ਹੁੰਦਾ ਮੇਰੀ ਗੱਲ ਵਿੱਚ ਗੱਲ ਹੈ ਜਿਹਦੇ ਪੱਲੇ ਪੈ ਗਈ ਉਹਦਾ ਮਸਲਾ ਹੱਲ ਹੈ ਤੇ ਜਿਹਦੇ ਨਾ ਪੱਲੇ ਪਈ ਉਹਦੇ ਭਾਰੀ ਪਈ ਗੱਲ ਹੈ ਆਮ ਗੱਲ ਹੈ ਸਾਡਾ ਬਹੁਤ ਸਾਰਾ ਮਾਣ ਕੀਤਾ ਜੀ ਮੇਰਾ ਡਾਕਟਰ ਕਿਸ਼ਨ ਸਾਧ ਜੀ ਹੋਰ ਡਾਕਟਰ ਡਮੇਲੀ ਸਾਹਿਬ ਬੈਠੇ ਨੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰਿਆਂ ਨੇ ਮੇਰਾ ਬਹੁਤ ਮਾਣ ਕੀਤਾ ਤੁਹਾਡੇ ਚਿਹਰੇ
ਬਹੁਤ ਸਾਰਾ ਮਾਣ, ਸਾਰਿਆਂ ਨੇ ਬਹੁਤ ਸਾਰਾ ਮਾਣ ਕੀਤਾ ਜੀ। ਸਾਡੇ ਅੰਕਲ ਜੀ ਸਰਦਾਰ ਭੂਰਾ ਸਿੰਘ ਜੀ, ਸ਼ੇਰਗੜੀਆ ਪ੍ਰਧਾਨ ਸਾਹਿਬ, ਐਕਸਐਮਸੀ ਮਾਨਸਾ, ਇਹਨਾਂ ਨੇ ਮੇਰਾ ਬੜਾ ਮਾਣ ਕੀਤਾ। ਹੋਰ ਵੀ ਮੇਰੀ ਗੱਲ ਸੁਣੋ ਜਰਾ। ਹਾਂਜੀ ਸਰ, ਬਿਨਾਂ ਸ਼ਿੰਗਾਰਿਸ਼ਾ, ਬਿਨਾਂ ਸ਼ਿੰਗਾਰਿਸ਼ਾ ਤੋਏ ਹੱਕ ਕਦੇ ਨਹੀਂ ਮਿਲਦੇ। ਆਈ ਪਤਝੜ ਆਉਣ ਬਹਾਰਾਂ ਫੁੱਲਣੇ ਪਏ ਖਿਲਦੇ, ਆਈ ਪਤਝੜ ਬਾਕੀ ਖੇਤੇ ਫੁੱਲ ਪਏ ਖਿਲਦੇ। ਇੱਥੇ ਇੱਥੇ ਨਹੀਂ ਗਾਈ ਬੰਦ ਪਾਉਣੀ, ਸੰਘਰਸ਼ਾਂ ਨਾਲ ਕਰਨ ਦੀ ਆਉਣੀ। ਸੰਘਰਸ਼ਾਂ ਨਾਲ ਕਰਨ ਦੀ ਆਉਣੀ, ਇੱਥੇ ਨਹੀਂ ਗਾਈ ਬੰਦ ਪਾਉਣੀ, ਭਾਈਚਾਰਕ ਸਾਂਝ ਵਧਾਉਣੀ, ਰਿਸ਼ਤਾ ਨੋ ਮਹੱਤਤਾ ਹੈ। ਮੇਰੀ ਕੋਈ ਡਿਊਟੀ ਨਹੀਂ, ਆਪਾਂ ਸਾਰਿਆਂ ਨੇ ਕਹਿਣਾ ਪੜੋ ਜੁੜੋ ਸੰਘਰਸ਼ ਕਰੋ, ਬਾਰਾ ਸਾਰੀ ਆਖਦਾ ਹੈ। ਪੜੋ ਜੁੜੋ, ਇਹ ਮੈਂ ਤਾਂ ਘਰ ਰਿਹਾ ਜੀ, ਇੱਕ ਤਾਂ ਥੋੜ੍ਹਾ ਜਿਹਾ ਨਾ ਆਪਣਾ ਜਿਹੜਾ ਹੈਗਾ ਉਹ ਬਣਿਆ ਰਹਿੰਦਾ, ਇੱਕ ਇਹ ਬਾਕੀ ਤੁਹਾਡੇ ਚੇਤੇ ਵੀ ਰਹੇਗਾ ਵੀ ਬਾਬਾ ਸਾਹਿਬ ਬਾਕੀ ਇਹ ਗੱਲ ਕਹਿੰਦੇ ਸੀ। ਇਹੀ ਗੱਲ ਹੈ, ਇਹੀ ਗੱਲ ਹੈ, ਮੈਨੂੰ ਲੱਗਦਾ ਸਾਰੇ ਮੂਲ ਹੀ ਇਹ ਗੱਲ ਹੈ ਵੀ ਪੜੋ ਜੜੋ ਸੰਘਰਸ਼ ਕਰੋ, ਬਾਬਾ ਸਾਹਿਬ ਆਖਦਾ ਹੈ। ਲਾਸਟ ਦੇ ਉੱਤੇ ਕੀ ਲਿਖਿਆ ਜਰਾ ਗੌਰ ਫਰਮਾਇਓ। ਹਾਂਜੀ, ਕੌਮ ਮੇਰੀ ਦੇ ਵਾਰਸੋ ਇਹ ਗੱਲ ਕਦੇ ਜੋ ਲੈ ਕੇ ਦੇ ਗਿਆ ਤੁਹਾਨੂੰ ਉਸ ਨੂੰ ਕਦੇ ਗਵਾਇਆ ਨਾ, ਮੇਰੀ ਦੇਵਾਰ ਸੋ ਇਹ ਗੱਲ ਕਦੇ ਬੁਲਾਇਆ ਨਾ, ਜੋ ਲੈ ਕੇ ਦੇ ਗਿਆ ਤੁਹਾਨੂੰ ਉਹਨੂੰ ਕਦੇ ਗਵਾਇਆ ਨਾ। ਬਾਵੇ ਲਾਠੀ ਦਾ ਵੀ ਬਾਵੇ ਲਾਠੀ ਦਾ ਹੈ ਕਹਿਣਾ, ਉਤਮ ਨੇ ਵੀ ਇਹੋ ਕਹਿਣਾ, ਉਤਮ ਨੇ ਵੀ ਇਹੋ ਕਹਿਣਾ, ਉਹ ਹੁਣ ਜ਼ੁਲਮ ਕਦੇ ਨਹੀਂ ਸਹਿਣਾ। ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਦੇ ਹਾਂ ਜੀ, ਜਿਹੜੇ ਬੰਦੇ ਸਾਨੂੰ ਨੀਵਾਂ ਦੇਖਣਾ ਚਾਹੁੰਦੇ ਨੇ, ਸਾਨੂੰ ਗੁਲਾਮ ਦੇਖਣਾ ਚਾਹੁੰਦੇ ਨੇ, ਸਾਡੀ ਉਹਨਾਂ ਨਾਲ ਕੋਈ ਸਾਂਝ ਨਹੀਂ। ਮੈਂ ਉਹੀ ਗੱਲ ਕਰ ਰਿਹਾ ਜਿੰਨੀ ਮੇਰੀ ਗੱਲ ਵਿੱਚ ਮੈਂ ਕਹਿਤੀ ਗੱਲ, ਉਹ ਭਾਈਚਾਰਕ ਸਾਂਝ ਵਧਾਉਣੀ, ਰਿਸ਼ਤਾ ਨੋ ਮਹੱਤਤਾ ਹੈ। ਪੜੋ ਜੁੜੋ ਸੰਘਰਸ਼ ਕਰੋ, ਬਾਬਾ ਸਾਹਿਬ ਆਖਦਾ ਹੈ। ਪੜੋ ਜੁੜੋ ਸੰਘਰਸ਼ ਕਰੋ, ਬਾਬਾ ਸਾਹਿਬ ਆਖਦਾ ਹੈ। ਪੜੋ ਜੁੜੋ ਸੰਘਰਸ਼ ਕਰੋ, ਬਾਬਾ ਸਾਹਿਬ ਆਖਦਾ ਹੈ। ਕਹਿੰਦੇ ਅੱਜ ਜਿੱਥੇ ਵਿਚਾਰ ਕਰਨ ਦਾ, ਜਿੱਥੇ ਵਿਚਾਰ ਕਰਨ ਦੀਆਂ ਅੱਜ ਦਿਨ ਹੈ ਨਾ ਬਾਬਾ ਸਾਹਿਬ ਦਾ, ਉੱਥੇ ਜਿਵੇਂ ਸਾਡੇ ਸਿੰਗੀਲਾ ਸਾਹਿਬ ਕਹਿ ਰਹੇ ਸੀ ਵੀ ਸਾਨੂੰ ਘਰਾਂ ਦੇ ਉੱਤੇ ਦੀਪਮਾਲਾ ਕਰਨੀ ਚਾਹੀਦੀ ਹੈ, ਉਹ ਸਾਡੇ ਹੋਰ ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗੇ, ਉਹਨਾਂ ਨੂੰ ਦੱਸੋ ਜਾ ਕੇ ਜਿੱਥੇ ਜਿੱਥੇ ਰਹਿੰਦੇ ਹੋ ਵੀ ਅੱਜ ਸਾਡੇ ਮੁਕਤੀਦਾਤਾ ਦਾ, ਸਾਡੇ ਦੇਵੀ ਦੇਵਤੇ ਦਾ, ਸਾਡੇ ਸਾਰੇ ਦੇਵੀ ਦੇਵਤੇ ਤੋਂ ਉੱਪਰਲੇ ਦੇਵਤੇ ਦਾ, ਜਿਹਦੇ ਕਰਕੇ ਅਸੀਂ ਇੱਥੇ ਸਾਡੀ ਹੋਂਦ ਹੈ, ਉਹਦਾ ਜਨਮ ਦਿਨ ਹੈ। ਉਹ 14 ਅੱਪਰ ਹੈ, ਸੁਣੋ ਕੰਨ ਕਰਕੇ ਉਹਨੇ ਕੀਤੀ ਰੁਸ਼ਨਾਈ,
ਤੁਸੀਂ ਪੰਡੋ ਮਠਿਆਈ ਕੀਤੀ ਰੁਸ਼ਨਾਈ ਤੁਸੀਂ ਪੰਡੋ ਮਠਿਆਈ ਅਸੀਂ ਵੀ ਤਾਂ ਜਸ਼ਨ ਮਨਾਵਾਂਗੇ ਭੀਮ ਰਾਓ ਜੀ ਦਾ ਅੱਜ ਆਇਆ ਹੈ ਜਨਮ ਦਿਨ ਨੱਚ ਨੱਚ ਖੁਸ਼ੀਆਂ ਮਨਾ ਭੀਮ ਰਾਓ ਜੀ ਦਾ ਅੱਜ ਆਇਆ ਹੈ ਜਨਮ ਦਿਨ ਨੱਚ ਨੱਚ ਖੁਸ਼ੀਆਂ ਮਨਾ ਭੀਮ ਰਾਓ ਜੀ ਦਾ ਅੱਜ ਆਇਆ ਹੈ ਜਨਮ ਦਿਨ ਨੱਚ ਨੱਚ ਖੁਸ਼ੀਆਂ ਮਨਾ ਬਾਕੀ ਨੱਚਣਾ ਚਾਹੀਦਾ ਜੀ ਸੱਚੀ ਗੱਲ ਕਹਾਂ ਦਿਲੋਂ ਨੱਚਣਾ ਚਾਹੀਦਾ ਕਿਹਨੂੰ ਕਿਹਨੂੰ ਖੁਸ਼ੀ ਹੈ ਮੈਨੂੰ ਪਤਾ ਖੁਸ਼ੀ ਤਾਂ ਸਾਰਿਆਂ ਨੂੰ ਹੈ ਮੈਂ ਕਿਸੇ ਦੀ ਇਹ ਗੱਲ ਕਹਿ ਕੇ ਇਹ ਨਹੀਂ ਕਰਨਾ ਕਹਿਣਾ ਚਾਹੁੰਦਾ ਵੀ ਤੁਹਾਨੂੰ ਖੁਸ਼ੀ ਨਹੀਂ ਮੈਨੂੰ ਪਤਾ ਜਿੰਨੇ ਜਾਗਦੇ ਲੋਕ ਨੇ ਮੇਰੇ ਸਮਾਜ ਦੇ ਬੈਠੇ ਨੇ ਜਗਾਉਣ ਵਾਲੇ ਬੈਠੇ ਨੇ ਦੀਵੇ ਤੋਂ ਦੀਵੇ ਨੂੰ ਜਗਾਉਣ ਵਾਲੇ ਬੈਠੇ ਨੇ ਉਹ ਚੌਦਾਂ ਆਪਾਂ ਰਹਿਲ ਸੁਣੋ ਕੰਨ ਕਰਕੇ ਕੱਲ ਤਾਂ ਦੇ ਵੇੜੇ ਆਇਆ ਕੰਨ ਚੜਕੇ ਸੁੱਤੀ ਕੌਮ ਹੈ ਜਗਾਈ ਅਸੀਂ ਵੀ ਤਾਂ ਦੀ ਪੁੱਤਰਾ ਹਵਾਂਗੇ ਭੀਮ ਰਾਓ ਜੀ ਦਾ ਭੀਮ ਰਾਓ ਜੀ ਦਾ ਮੈਂ ਬਾਬਾ ਰਾਖੀ ਸਾਹਿਬ ਨੂੰ ਬੇਨਤੀ ਕਰੂੰਗਾ ਪਲੀਜ਼ ਆਪਣੀ ਟੀਮ ਲੈ ਕੇ ਅੱਗੇ ਆਓ ਜਿਹਨਾਂ ਦਾ ਗਾਣਾ ਲਿਖਿਆ ਹੋਇਆ ਜੀ ਇਹਨਾਂ ਦੇ ਨਾਤੇ ਤਾੜੀ ਮਾਰੋ ਪਲੀਜ਼ ਬੜੇ ਅੱਛੇ ਲਿਖਾਰੀ ਨੇ ਬੜੇ ਅੱਛੇ ਲਿਖਾਰੀ ਨੇ ਜੇ ਮੈਨੂੰ ਕੋਈ ਇਸ ਤਰ੍ਹਾਂ ਦਾ ਹੋਵੇ ਨਾ ਮੈਂ ਸਾਰੇ ਜਿਹੜੇ ਇਹਨਾਂ ਨੂੰ ਇਹਨਾਂ ਵਾਸਤੇ ਇਹਨਾਂ ਨੂੰ ਅਵਾਰਡ ਸਾਰੇ ਦੇ ਦਿਆਂ ਸੱਚੀ ਗੱਲ ਹੈ ਜਿਹੜੇ ਬਾਬਾ ਸਾਹਿਬ ਦੀ ਗੱਲ ਲਿਖਦੇ ਨੇ ਅਸੀਂ ਤਾਂ ਪਹੁੰਚਾਉਂਦੇ ਹਾਂ ਇਹਨਾਂ ਦੇ ਸਨਮਾਨ ਦੇ ਵਿੱਚ ਤਾੜੀ ਮਾਰੋ ਜੀ ਭੀਮਾ ਬਾਈ ਮਾਤੇ ਤਾਈ ਦੇ ਦਿਓ ਵਧਾਈਆਂ ਬੰਦ ਬੰਦ ਗੋਦੀਆਂ ਰਾਣੀਆਂ ਦੇ ਰਾਣੀਆਂ ਦਾ ਫੇਰਾ ਸਾਡੇ ਸਿਰ ਤੇ ਸਤੂ ਨਾਲ ਹੋਏ ਨੇ ਗੋਦੀਆਂ ਹੋਏ ਦੇਰ ਕਦੋਂ ਲਾਈ ਛੇਤੀ ਮੰਡਾ ਮੱਠੀ ਆਈ ਸਾਰੇ ਦਿਲ ਤੋਂ ਬਾਬਾ ਰਾਜ
ਉਹਦਾ ਸੁਪਨਾ ਅਧੂਰਾ ਕਰੋ ਜ਼ੋਰ ਲਾ ਕੇ ਪੂਰਾ ਲਾਗੂ ਸੰਵਿਧਾਨ ਨੂੰ ਕਰਾ।